ਅਤੇ ਜਿਹੜੀ ਸੇਵਾ ਹੈ ਕਰਦਿਆਂ ਕਰਦਿਆਂ ਕੋਟ ਪਰਾਧ ਮਿਟੇ ਹਰ ਸੇਵਾ। ਇਹ ਤਿੰਨੇ ਚੀਜ਼ਾਂ ਗੁਰੂ ਚਰਨਾਂ ਵਿੱਚ ਪ੍ਰਾਪਤ ਹੁੰਦੀਆਂ ਨੇ। ਦਰਸ਼ਨ ਵੀ ਹੁੰਦੇ ਨੇ, ਆਪ ਜੀ ਬਾਣੀ ਦੇ ਦਰਸ਼ਨ ਕਰ ਰਹੇ ਹੋ, ਨਿਰੰਕਾਰ ਦੇ ਦਰਸ਼ਨ ਕਰ ਰਹੇ ਹੋ। ਰੱਬ ਕਿਤੇ ਇੱਥੇ ਉੱਥੇ ਨਹੀਂ ਹੈ, ਪਹਾੜਾਂ ਵਿੱਚ, ਆਕਾਸ਼ਾਂ ਦੇ ਪਤਾਲਾਂ ਦੇ ਵਿੱਚ ਨਹੀਂ, ਰੱਬ ਤੁਹਾਡੇ ਸਾਹਮਣੇ ਹੈ। ਬਾਣੀ ਰੱਬ ਦੇ ਦਰਸ਼ਨ ਕਰ ਰਹੇ ਹੋ, ਦੂਜੇ ਸੇਵਾ ਕਰ ਰਹੇ ਹੋ ਜਿਹਦੇ ਵਿੱਚ ਪਾਪ ਘਟੀਂਦੇ ਨੇ, ਤੀਜੇ ਵੱਡੇ ਭਾਗ ਤਾਂ ਹਨ ਗੁਰੂ ਕੇ ਦਰਸ਼ਨ ਹੋ ਰਹੇ ਨੇ, ਸਾਧ ਸੰਗਤਾਂ ਦੇ ਦਰਸ਼ਨ ਹੋ ਰਹੇ, ਇਹ ਬਹੁਤ ਵੱਡੇ ਭਾਗ ਹੈ। ਭਾਈ ਸਾਹਿਬ ਭਾਈ ਗੁਰਦਾਸ ਵੀ ਕਹਿੰਦੇ ਨੇ, ਵੱਡੇ ਭਾਗ ਤਿੰਨਾਂ ਗੁਰਸਿੱਖਾਂ ਜੋ ਸਤ ਸੰਗਤ ਵਿੱਚ ਆਏ ਜੁੜਨ ਦੇ, ਉਹਨਾਂ ਦੇ ਬਹੁਤ ਵੱਡੇ ਭਾਗ ਹੈ ਜਿਹੜੇ ਸੰਗਤ ਵਿੱਚ ਜੁੜਦੇ ਨੇ। ਸੋ ਆਪ ਜੀ ਅੰਮ੍ਰਿਤ ਵੇਲੇ ਤੋਂ ਸੰਗਤਾਂ ਵਿੱਚ ਜੁੜੇ ਹੋਏ ਹੋ, ਗੁਰੂ ਜੀ ਕਿਰਪਾ ਕਰਨ, ਵਾਹਿਗੁਰੂ ਸ਼ਬਦ ਦੇ ਨਾਲ ਜੋੜ ਦੇਣ ਸਾਨੂੰ। ਕਰੋ ਕਿਰਪਾ ਸਭ ਮਾਈ ਭਾਈ। ਦੇਖੋ ਫਿਰ ਮੈਂ ਬੇਨਤੀ ਕਰੂੰਗਾ, ਮਾਈ ਭਾਈ ਥੋੜ੍ਹਾ ਜਿਹਾ ਵਿਚਾਰ ਕਰਨੀ, ਜਰਾ ਮਨ ਨੂੰ ਟਿਕਾ ਕੇ ਟੇਕ ਦੇ ਕੇ। ਕਣਕ ਜਿਹੜੀ ਹੈ ਨਾ, ਐਵੇਂ ਨਹੀਂ ਖਾਈ ਜਾਂਦੀ, ਪਹਿਲਾਂ ਉਹਨਾਂ ਨੂੰ ਵਾਹੁੰਦੇ ਹਾਂ, ਖੇਤਾਂ ਨੂੰ ਬੀਜਦੇ ਹਾਂ, ਰੇਹਾਂ ਸਪਰੇਆਂ ਕਰਦੇ ਹਾਂ, ਉਗਾਉਣੀ ਪੈਂਦੀ ਹੈ, ਪਾਣੀ ਲਾਉਂਦੇ ਪੈਂਦੇ, ਫਿਰ ਵੱਢਣੀ ਹੈ, ਵੱਢ ਕੇ ਕਣਕ ਵੱਢਦੀ ਹੈ। ਕਹਿੰਦੇ ਨੇ ਕਣਕ ਵੱਢ ਦਿੱਤੀ ਹੈ ਪਰ ਖਾ ਨਹੀਂ ਹੋਈ, ਉਪਰੰਤ ਕੱਢ ਕੇ ਤੂੜੀ ਵੀ ਜੁਦੀ ਕਰ ਦਿੰਦੇ ਹਾਂ, ਕਣਕ ਵੀ ਜੁਦੀ, ਫਿਰ ਵੀ ਨਹੀਂ ਖਾ ਹੁੰਦੀ, ਕਣਕ ਦੇ ਕੋਲ ਫੱਕੇ ਥੋੜ੍ਹੀ ਮਾਰਦਾ। ਉਪਰੰਤ ਉਹਦਾ ਆਟਾ ਪਿਸਾਇਆ ਜਾਂਦਾ, ਆਟਾ ਵੀ ਫੱਕੇ ਨਹੀਂ ਮਾਰੇ ਜਾਂਦੇ, ਕੱਚਾ ਆਟਾ ਖਾ ਕੇ ਤਾਂ ਅੰਦਰ ਕੀੜਾ ਪੈ ਜਾਂਦਾ, ਖਪਦਾ ਨਹੀਂ, ਉਹ ਆਟਾ ਵੀ ਨਹੀਂ ਖਾਧਾ ਜਾਂਦਾ, ਪਰ ਆਟੇ ਨੂੰ ਪਕਾਉਣਾ ਪੈਂਦਾ ਰੋਟੀਆਂ ਦੇ ਰੂਪ ਵਿੱਚ, ਫਿਰ ਕਿਤੇ ਜਾ ਕੇ ਖਾਣਾ ਪੈਂਦਾ, ਫਿਰ ਉਹ ਢਿੱਡ ਦੇ ਵਿੱਚ ਜਾ ਕੇ ਇਹ ਸਰੀਰ ਨੂੰ ਚਲਾਉਂਦੀ ਹੈ, ਖੂਨ ਪੈਦਾ ਕਰਦੀ, ਵਿਟਾਮਿਨ ਪੈਦਾ ਕਰਦੀ ਹੈ, ਹੱਡੀਆਂ ਨੂੰ ਜਾਂਦੇ ਵਿਟਾਮਿਨ, ਅੱਖਾਂ ਨੂੰ ਜਾਂਦੇ ਹਨ, ਹੋਰ ਤਰ੍ਹਾਂ ਤਰ੍ਹਾਂ ਦੇ ਅੰਗਾਂ ਵਿੱਚ ਜਾ ਕੇ ਸਾਡੀ ਮਦਦ ਕਰਦੇ ਹਨ ਕਣਕ ਤੋਂ, ਖਾਣ ਤੋਂ। ਪਰ ਕਣਕ ਹੈ ਤਾਂ ਕਿਸ ਤਰ੍ਹਾਂ ਪੈਦਾ ਹੋਈ, ਕਿੰਨਾ ਸੰਘਰਸ਼ ਕਰਨਾ ਪਿਆ, ਇਸੇ ਤਰ੍ਹਾਂ ਇਹ ਸੰਘਰਸ਼ ਅੰਮ੍ਰਿਤ ਵੇਲੇ ਤੋਂ ਚੱਲ ਰਿਹਾ। ਕੋਈ ਰਾਗੀ, ਕੋਈ ਢਾਡੀ, ਕੋਈ ਕਥਾਵਾਚਕ, ਕੋਈ ਗੁਣੀ ਗਿਆਨੀ, ਇਹ ਸਾਰਾ ਸੰਘਰਸ਼ ਸੀ ਕਾਹਦੇ ਲਈ, ਜੈਸੇ ਰੋਟੀ ਦੇ ਲਈ ਐਸੇ ਤਰ੍ਹਾਂ ਨਾਮ ਦੇ ਲਈ। ਫਿਰ ਉੱਥੇ ਹੀ ਆਪਾਂ ਆ ਜਾਂਦੇ ਹਾਂ ਕਿ ਕਰੋ ਤੱਕ ਥੋੜ੍ਹੀ ਕਿਰਪਾ, ਆਹੀ ਅਸਲੀ ਖੁਰਾਕ ਆਤਮਾ ਦੀ, ਰੋਟੀ ਹੈ ਸਰੀਰ ਦੀ ਖੁਰਾਕ, ਆਤਮਾ ਦੀ ਖੁਰਾਕ ਹੈ ਨਾਮ। ਕਰੋ ਥੋੜ੍ਹਾ ਕਿਰਪਾ, ਆਤਮਾ ਨੂੰ ਜਰਾ ਤਾਕਤ ਮਿਲੇ, ਖੁਰਾਕ ਮਿਲੇ। ਵਾਹਿਗੁਰੂ 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 ਵਾਹਿਗੁਰੂ। ਘੰਟਾ ਕੁ ਲਾ ਲਿਆ ਕਰੋ ਸਵੇਰੇ, ਘੰਟਾ ਕੁ ਸ਼ਾਮ ਨੂੰ, ਸਾਰੀਆਂ ਕਥਾ ਕਹਾਣੀਆਂ ਇੱਥੇ ਆ ਕੇ ਸਮਾਪਤ ਹੋ ਜਾਂਦੀਆਂ ਨੇ। ਕਥਾ ਕਹਾਣੀਆਂ ਮਨ ਨੂੰ ਸਮਝਾਉਣ ਵਾਸਤੇ, ਮਨ ਸਮਝ ਗਿਆ, ਨਾਮ ਦੇ ਨਾਲ ਜੁੜ ਗਿਆ, ਅਸਲੀਅਤ ਦੇ ਵਿੱਚ ਆ ਗਿਆ, ਤਾਂ ਤੇ ਗੁਰਮੁਖ ਪਿਆਰਿਓ ਇਹ ਵਾਹਿਗੁਰੂ ਸ਼ਬਦ ਜਿਹੜਾ ਹੈ ਨਾ, ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਜੁੜ ਜਿਆ ਕਰੋ, ਬਸ ਸਤਸੰਗ ਸ਼ੁਰੂ। ਸ਼ਾਮ ਨੂੰ ਇਹ ਜਪਦੇ ਜਪਦੇ ਹੀ ਨੀਂਦ ਆ ਜਾਣੀ ਚਾਹੀਦੀ ਹੈ, ਜਪਦਿਆਂ ਜਪਦਿਆਂ ਹੀ ਨੀਂਦ ਆ ਜਾਣੀ ਚਾਹੀਦੀ ਹੈ, ਫਿਰ ਅਸਲੀਅਤ ਹੈ ਬੰਦੇ ਦਾ ਜੀਵਨ ਹੈ। ਨਹੀਂ ਕੋਈ ਨਹੀਂ, ਇੱਥੇ ਸੁਣ ਕੇ ਚਲੇ ਜਾਓ, ਕੋਈ ਫਾਇਦਾ ਨਹੀਂ।
ਕਹਾਣੀਆਂ ਬਾਣੀਆਂ ਪੁੱਤ ਸੁਪੁੱਤ ਕਰੇ ਨੇ ਕਰਦੇ ਨੇ, ਪਰ ਕਹਾਣੀਆਂ ਕਰਨ ਦੇ ਨਾਲ ਮਨ ਨੂੰ ਬਰਾਗ ਹੋਵੇ ਤਾਂ ਹੈ, ਮਨ ਇੱਧਰ ਲੱਗੇ। ਸੋ ਇਸ ਲਈ ਇਹ ਵਾਹਿਗੁਰੂ ਸ਼ਬਦ ਜਿਹੜਾ ਹੈ ਉਹ ਬਹੁਤ ਵੱਡੀ ਦੇਣ ਗੁਰੂ ਨਾਨਕ ਸਾਹਿਬ ਨੇ ਸਾਡੀ ਝੋਲੀ ਪਾਈ ਹੈ। ਇਹਨੂੰ ਨਾ ਭੁੱਲਣਾ, ਇਹਨੂੰ ਨਾ ਭੁੱਲਣਾ। ਅਤੇ ਕਰੋ ਬੇਨਤੀ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਸੀਂ ਇਹੋ ਜਿਹੇ ਹਾਂ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ, ਮੈਨੂੰ ਜੋਗ ਕੀਤੋਈ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ, ਨਾਨਕ ਨਾਮ ਮਿਲੈ ਤਾਂ ਜੀਵਾ ਤਾਂ ਜੀਵਾ। ਜੇ ਜਿਉਂਦੇ ਜਾਗਦੇ ਰਹਿਣਾ ਤਾਂ ਫਿਰ ਕੀ ਕਰਨਾ ਹੈ? ਵਾਹਿਗੁਰੂ 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 ਇਹ ਜਪਦੇ ਰਹੀਏ। ਸੋ ਅੱਜ ਦਾ ਦਿਹਾੜਾ ਜਿਹੜਾ ਹੈ, ਪਹਿਲੀ ਗੱਲ ਤਾਂ ਹੈ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆਪਾਂ। ਇਹ ਪਹਿਲੀ ਤਰੀਕ ਦਾ ਹੈ, 1 ਸਤੰਬਰ ਦਾ ਸੀ। 1 ਨੂੰ ਆਪਾਂ ਅਖੰਡ ਪਾਠ ਰੱਖੇ ਹੈ ਅਤੇ ਅੱਜ ਦੇ ਦਿਹਾੜੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਨੇ, ਪਰਸੋਂ ਰੋਜ਼ ਤੋਂ ਰੱਖੇ ਗਏ ਅਖੰਡ ਪਾਠ। ਇੱਕ ਦੂਜੇ ਧੰਨ ਧੰਨ ਬਾਬਾ ਵਡਭਾਗ ਸਿੰਘ ਸੋਢੀ ਪਾਤਸ਼ਾਹ ਦਾ ਜਨਮ ਦਿਹਾੜਾ ਹੈ। 2 ਤੀਜੇ ਅੱਜ ਸਤਿਗੁਰੂ ਗੁਰੂ ਨਾਨਕ ਜਗਤ ਗੁਰੂ ਨਾਨਕ ਦਾ ਵਿਆਹ ਪੁਰਬ ਹੈ। 3 ਅਤੇ ਚੌਥੇ ਕੱਲ੍ਹ ਨੂੰ ਧੰਨ ਧੰਨ ਮਹਾਰਾਜ ਬਾਬਾ ਸ਼੍ਰੀ ਚੰਦ ਦਾ ਜਨਮ ਦਿਹਾੜਾ ਹੈ। ਦੇਖੋ ਕਿੰਨਾ ਖੁਸ਼ੀਆਂ ਭਰਿਆ ਹੈ। ਇਹ ਟਾਈਮ ਦੇਖੋ, ਜੇ ਮਹਾਂਪੁਰਸ਼ਾਂ ਦੇ ਆਪਾਂ ਜਨਮ ਦਿਨ ਮਨਾਈਏ ਖੁਸ਼ੀਆਂ, ਉਲਟ ਕੇ ਸਾਡੀ ਝੋਲੀ ਵਿੱਚ ਪੈ ਜਾਂਦੀਆਂ ਖੁਸ਼ੀਆਂ। ਪਿਆਰਿਓ, ਸਾਡੀ ਝੋਲੀ ਦੇ ਵਿੱਚ ਪੈਂਦੀਆਂ ਖੁਸ਼ੀਆਂ ਜੇ ਖੁਸ਼ੀਆਂ ਮਨਾਈਏ। ਆ ਜਿਹੜੀਆਂ ਆਪਾਂ ਹੋਰ ਖੁਸ਼ੀਆਂ ਮਨਾਉਂਦੇ ਸੰਸਾਰਕ, ਇਹਨਾਂ ਦੇ ਵਿੱਚ ਕਦੇ ਵੀ ਉਲਟ ਕੇ ਖੁਸ਼ੀ ਗਲ ਨਹੀਂ ਪੈਂਦੀ। ਵਿਆਹ ਕੀਤਾ ਮੁੰਡੇ ਦਾ, ਬੜੀ ਖੁਸ਼ੀ, ਪਰ ਦੁੱਖ ਉਦੋਂ ਹੋ ਗਿਆ ਜਦੋਂ ਹਲਵਾਈ ਵੀ ਆ ਗਿਆ, ਲਿਆ ਬਈ ਪੈਸੇ, ਕੱਪੜੇ ਵਾਲਾ ਵੀ ਆ ਗਿਆ, ਲਿਆ ਪੈਸੇ, ਅਤੇ ਭਾਂਡਿਆਂ ਵਾਲਾ ਵੀ ਆ ਗਿਆ, ਲਿਆ ਪੈਸੇ। ਉਹ ਸਾਧ ਸੰਗਤ ਜਿਹੜੇ ਨੱਚਣ ਕੁੱਦਣ ਵਾਲੇ ਬੁਲਾਏ ਸੀ ਪੈਲਸ ਦੇ ਵਿੱਚ, ਉਹ ਵੀ ਲਿਆ ਪੈਸੇ। ਜਿੱਥੋਂ ਦਾਰੂ ਲਿਆਉਂਦੀ ਸੀ ਉਹ ਵੀ ਲਿਆ ਪੈਸੇ। ਸਿਆਪਾ ਉਦੋਂ ਪੈ ਗਿਆ ਵੱਡਾ ਜਦੋਂ ਸੁਨਿਆਰ ਵੀ ਆ ਖੜਾ ਹੋਇਆ। ਇਹ ਸੁੱਖ ਦੇ ਪਿੱਛੇ ਦੁੱਖ ਹੈ। ਆ ਜਿਹੜੀਆਂ ਖੁਸ਼ੀਆਂ ਨਾ ਸੰਸਾਰਕ, ਇਹਦੇ ਪਿੱਛੇ ਦੁੱਖ ਹੈ। ਪਰ ਜੇ ਗੁਰੂ ਘਰ ਦੀਆਂ ਖੁਸ਼ੀਆਂ ਮਨਾਈਏ, ਗੁਰਪੁਰਬ ਮਨਾਈਏ, ਇਹ ਮਨਾਉਣ ਦੇ ਨਾਲ ਸਾਡੀ ਝੋਲੀ ਦੇ ਵਿੱਚ ਉਲਟ ਕੇ ਖੁਸ਼ੀਆਂ ਪੈਂਦੀਆਂ ਨੇ, ਉਲਟ ਕੇ। ਸੋ ਇਹਨਾਂ ਦਿਨਾਂ ਨੂੰ, ਇਹ ਆਉਣਾ ਕਿਹਨਾਂ ਦਾ ਮਹਾਨ ਹੈ? ਅਸੀਂ ਵੀ ਆਏ ਹਾਂ, ਅਸੀਂ ਵੀ ਆਏ, ਸਾਨੂੰ ਕਿਹਨੇ ਪੁੱਛਣਾ ਹੈ? ਜਨਮ ਲੈ ਕੇ ਬੇਕਾਰ, ਖਾਧਾ ਪੀਤਾ ਐਸ਼ਾਂ ਕੀਤੀਆਂ, ਦੁਨੀਆਂ ਦੇ ਵਿੱਚ ਚਲਾ ਗਿਆ। ਕਬੀਰ ਸਾਕਤ ਅਤੇ ਸੂਕਰ ਭਲਾ, ਜਿਹੜਾ ਅੱਛਾ ਰੱਖੇ ਗਾਉਂ, ਉਹ ਸਾਕਤ ਬੱਪਰਾ ਮਰ ਗਿਆ, ਕੋਈ ਨਾ ਲਹਿ ਨਾਉ। ਸਾਕਤ ਮਰ ਗਿਆ, ਉਹਦਾ ਨਾਂ ਨਹੀਂ ਕੋਈ ਲੈਂਦਾ। ਪਰ ਜਿਹੜੇ ਇਹੋ ਜਿਹੇ ਮਹਾਂਪੁਰਸ਼ ਹਨ, ਉਹਨਾਂ ਦੇ ਨਾਮ ਲਿਆਂ ਤੋਂ ਸਾਨੂੰ ਪਰਮਾਤਮਾ ਚਿੱਤ ਚੇਤੇ ਆਉਂਦਾ ਹੈ। ਪਰਮਾਤਮਾ ਵਾਹਿਗੁਰੂ ਜਿਹਨੇ ਸਾਡੀ ਮਦਦ ਕਰਨੀ ਹੈ। ਸੋ ਆਓ ਪਿਆਰੇ, ਗੁਰੂ ਸਾਹਿਬ ਕਹਿ ਰਹੇ ਨੇ ਗੁਰਬਾਣੀ ਅੰਦਰ, 2 ਤੁੱਕਾਂ ਪੜ੍ਹਨੀਆਂ, ਟਾਈਮ ਤਾਂ ਘੱਟ ਹੈ ਕਿਉਂਕਿ ਟਾਈਮ ਬਹੁਤ ਹੋ ਚੁੱਕਾ ਹੈ, ਸੰਗਤਾਂ ਨੇ ਘਰੋਂ ਘਰ ਜਾਣਾ ਹੈ। ਫਿਰ ਮੈਂ ਬੇਨਤੀ ਕਰਾਂ, ਜਿਹੜੇ ਜਥੇ ਰਹਿ ਗਏ ਨਾ,
ਉਹ ਕਿਰਪਾ ਕਰਨ, ਸਾਨੂੰ ਮਾਫ਼ ਕਰ ਦੇਣ, ਟਾਈਮ ਜ਼ਿਆਦਾ ਹੋ ਗਿਆ ਟਾਈਮ ਜ਼ਿਆਦਾ ਹੋ ਗਿਆ। ਸਵੇਰ ਤੋਂ ਸਟੇਜ ਚੱਲਦੀ, ਆਪ ਜੀ ਦੇਖਦੇ ਹੋ ਨਾ, ਲੜ ਲੜ ਕੇ ਮੇਰੇ ਨਾਲ ਦੋ ਤਿੰਨ ਜਥੇ ਤਾਂ ਲੰਘ ਗਏ, ਲੜ ਕੇ ਦੋ ਤਾਂ ਮੈਨੂੰ ਗਾਲਾਂ ਵੀ ਕੱਢ ਗਏ। ਮੈਂ ਚੱਲ ਕੋਈ ਨਹੀਂ, ਸਵੀਕਾਰ ਹੈ, ਸਵੀਕਾਰ ਹੈ ਵੀ। ਸੋ ਮੈਂ ਇੱਕ ਮੋਟੀ ਜਿਹੀ ਬੇਨਤੀ ਕਰਾਂ, ਮਾਤਾ ਪਾਰਵਤੀ ਬਿਨਾਂ ਬੁਲਾਏ ਤੋਂ ਆਪਣੇ ਪਿਓ ਦੇ ਘਰ ਚਲੀ ਗਈ, ਪਿਓ ਨੇ ਸਿੱਧੇ ਮੂੰਹ ਨਹੀਂ ਬੁਲਾਈ। ਵਾਪਸ ਹੁਣ ਕਿਵੇਂ ਜਾਵੇ ਸ਼ਿਵ ਭਗਵਾਨ ਦੇ ਕੋਲ? ਕਹਿੰਦੀ ਨਾ ਤਾਂ ਮੈਂ ਉਹਦੇ ਆਖੇ ਲੱਗੀ ਆਪਣੇ ਪਤੀ ਦੇ, ਉਹ ਰੋਕ ਰਿਹਾ ਵੀ ਤੇਰਾ ਵੀ ਬਿਨਾਂ ਬੁਲਾਏ ਨਹੀਂ ਜਾਈਦਾ, ਬਿਨਾਂ ਬੁਲਾਏ ਜਾਣਾ ਠੀਕ ਨਹੀਂ ਨਾ। ਕਹਿੰਦੀ ਮੇਰੇ ਪਿਓ ਨੇ ਵੱਡਾ ਭਾਰੀ ਜੱਗ ਕੀਤਾ ਹੈ, ਹਮਨ ਕੀਤਾ, ਮੈਂ ਤਾਂ ਜਾਊਂਗੀ। ਨਾ ਮੰਨੀ, ਨਾ ਮੰਨਣ ਦੇ ਨਾਲ ਉਹਦੇ ਪਿਓ ਨੇ ਨਹੀਂ ਬੁਲਾਈ, ਬਿਨਾਂ ਬੁਲਾਏ ਗਏ ਸੀ, ਉਹਦੇ ਪਿਓ ਨੇ ਨਹੀਂ ਬੁਲਾਈ। ਫਿਰ ਉਹਨੂੰ ਹਮਨ ਦੇ ਵਿੱਚ ਡਿੱਗ ਕੇ ਸੜ ਕੇ ਮਰਨਾ ਪਿਆ ਵੀ ਨਾ ਤਾਂ ਮੈਂ ਆਪਣੇ ਖਸਮ ਦੀ ਮੰਨੀ, ਇੱਧਰ ਮੇਰੇ ਪਿਓ ਨੇ ਨਹੀਂ ਪੁੱਛਿਆ, ਇਸ ਲਈ ਬਿਨਾਂ ਬੁਲਾਏ ਜਾਣਾ ਨਹੀਂ ਚਾਹੀਦਾ, ਕਦੇ ਵੀ ਨਾ ਜਾਓ। ਬੁਲਾਇਆਂ ਤੋਂ ਜਾਓ, ਸਤਿਕਾਰ ਪੂਰਾ ਹੁੰਦਾ ਹੈ, ਪੂਰਾ। ਇਸ ਲਈ ਭਾਈ ਆਓ, ਉਹ ਜਿਹੜੇ ਮਹਾਂਪੁਰਸ਼ ਹਨ, ਮਹਾਨ ਪੁਰਸ਼ ਸਤਿਗੁਰ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ, ਉਹਨਾਂ ਦਾ ਆਉਣਾ, ਧੰਨ ਬਾਬਾ ਵਡਭਾਗ ਸਿੰਘ ਸੋਢੀ ਪਾਤਸ਼ਾਹ ਦਾ ਆਉਣਾ, ਅਤੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਗੱਲ ਹੀ ਕੀ ਕਰੀਏ, ਵਾਹੋ ਵਾਹੋ ਬਾਣੀ ਨਿਰੰਕਾਰ, ਇਹ ਤਾਂ ਹੈ ਹੀ ਨਿਰੰਕਾਰ। ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਆਉਣਾ, ਇਹ ਹੈ ਆਉਣਾ ਜੀਵਨ ਦੇ ਵਿੱਚ। ਇਹਨਾਂ ਬਾਰੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ, ਖੜਕਾ ਨਾ ਕਰਿਓ ਬਾਈ, ਬਹੁਤਾ ਆਰਾਮ ਦੇ ਨਾਲ, ਆਰਾਮ ਦੇ ਨਾਲ। ਭਾਗ ਠੜੇ ਹਰ ਸੰਤ ਤੁਮਾਰੇ, ਭਾਗ ਠੜੇ ਭਾ ਵੱਡੇ ਭਾਗਾਂ ਵਾਲੇ, ਭਾਗ ਠੜੇ ਹਰ ਸੰਤ ਤੁਮਾਰੇ, ਕਿਹੜੇ ਸਾਧੂ, ਭਾਗਾਂ ਵਾਲੇ ਸਾਧੂ, ਕਿਉਂ ਕਿਹਾ, ਜਿਨ ਘਰ ਧੰਨ ਹਰ ਨਾਮ, ਜਿਨ੍ਹਾਂ ਦੇ ਘਰ ਵਿੱਚ ਹਰੀ ਨਾਮ ਧੰਨ ਭਰਿਆ ਪਿਆ। ਸਤਿਗੁਰੂ ਜੀ ਕੀ ਕਹਿੰਦੇ ਨੇ, ਗੁਰ ਸਾਗਰ ਰਤਨੀ ਭਰਪੂਰੇ, ਗੁਰੂ ਜਿਹੜਾ ਹੈ ਨਾ ਉਹ ਰਤਨਾਂ ਦਾ ਭਰਿਆ, ਕਿਹੜੇ ਰਤਨਾਂ ਦਾ, ਸਿਫਤਾਂ ਦਾ ਭਰਿਆ ਪਿਆ। ਉਹਦੀਆਂ ਕੀ ਸਿਫਤਾਂ ਕਰੀਏ, ਉਹ ਨਾਮ ਦਾ ਭਰਿਆ ਪਿਆ, ਉਹ ਸੱਚ ਦਾ ਭਰਿਆ ਪਿਆ, ਫਿਰ ਸੱਚੇ ਉੱਥੇ ਝੁਕਣਾ ਹੈ। ਗੁਰਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਜਿਹੜੇ ਅੰਮ੍ਰਿਤ ਚੁਗਦੇ ਹਨ ਗੁਰੂ ਕੇ ਪਿਆਰੇ, ਉਹ ਕਿਤੇ ਦੂਰ ਜਾਂਦੇ, ਨੇੜੇ ਨੇੜੇ ਰਹਿੰਦੇ ਨੇ। ਜੈਸੇ ਸਮੁੰਦਰ ਦੇ ਵਿੱਚ ਅਨੇਕਾਂ ਵਸਤੂਆਂ ਨੇ, ਇਸੇ ਤਰ੍ਹਾਂ ਗੁਰੂ ਸਾਗਰ ਹੈ, ਗੁਰੂ ਕੀ ਸੰਗਤ ਸਾਗਰ ਹੈ, ਇਹਦੇ ਵਿੱਚ ਬਹੁਤ ਕੁਛ ਪਿਆ ਹੋਇਆ ਪਿਆਰਿਓ, ਜੇ ਕੱਢਣਾ ਹੈ। ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਜੀਵਾਂ ਦਾ ਆਉਣਾ, ਜਿਨ੍ਹਾਂ ਦੇ ਆਇਆਂ ਤੋਂ ਨਾਮ ਚਿੱਤ ਆਵੇ, ਜਿਨ੍ਹਾਂ ਮਿਲਿਆਂ ਤੇਰਾ ਨਾਮ ਚਿੱਤ ਆਵੇ, ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਚਿੱਤ ਆਵੇ। ਕੋਈ ਸਾਧੂ ਮਿਲੇ ਅਤੇ ਆਪਾਂ ਕਹਿੰਦੇ ਨਾ ਵਾਹਿਗੁਰੂ ਜੀ, ਰਾਮ ਰਾਮ ਜੀ, ਉਹਨਾਂ ਨੂੰ ਦੇਖ ਕੇ ਪਰਮਾਤਮਾ ਚਿੱਤ ਚੇਤੇ ਆਉਂਦਾ। ਅਤੇ ਇੱਥੇ ਵੀ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ, ਮੇਰੇ ਰਾਮ ਹਰਜਨ ਕਹਿ ਹਾਂ ਬਲ ਜਾਈ, ਕੇਸਾਂ ਕਾ ਕਰ ਚਵਰ ਟੁਲਾਵਾਂ, ਚਰਨ ਧੂੜ ਮੁਖ ਲਾਈ। ਇਹ ਸ਼ਬਦ ਪਿਆਰ ਦੇ ਨਾਲ ਸਾਰੀ ਸੰਗਤਾਂ, ਮੇਰੇ ਰਾਮ, ਮੇਰੇ ਰਾਮ, ਹਰਜਨ ਕਹਿ ਹਾਂ ਬਲ ਜਾਈ, ਮੇਰੇ ਰਾਮ, ਮੇਰੇ ਰਾਮ, ਹਰਜਨ ਕਹਿ ਹਾਂ ਬਲ ਜਾਈ, ਮੇਰੇ ਰਾਮ, ਹਰਜਨ ਕਹਿ
ਹਰ ਜਨ ਕੇ ਹਾਂ ਬਲ ਜਾਈ। ਇਹੋ ਜਿਹੇ ਪਿਆਰਿਆਂ ਤੋਂ ਹਰੀ ਜਨ ਹਰੀ ਭਗਤ ਜਨ ਭਗਤ ਨੂੰ ਕਹਿੰਦੇ ਨੇ। ਹਰੀ ਕੇ ਭਗਤਾਂ ਤੋਂ ਜਿਹੜਾ ਤੇਰਾ ਨਾਮ ਜਪਦੇ ਹਨ ਮੈਂ ਉਹਨਾਂ ਤੋਂ ਬਲਿਹਾਰੇ ਜਾਵਾਂ। ਮੇਰੇ ਰਾਮ ਹਰ ਜਨ ਕੇ ਹਾਂ ਬਲ ਜਾਈ। ਇੱਥੇ ਬਸ ਨਹੀਂ ਕਰ ਗਏ ਗੁਰੂ ਅਰਜਨ ਦੇਵ ਮਹਾਰਾਜ, ਫਿਰ ਅੱਗੇ ਵੀ ਬਹੁਤ ਕੁਛ ਕਹਿੰਦੇ ਨੇ। ਕੇਸਾਂ ਕਾ ਕਰ ਚਬਰ ਟੁਲਾਵਾਂ,
अपने केसा नू कर कहिंदे ने हथ नू अपने हथ दे नाल फड़ के मैं उन्हां ते चौर करा चौर करा। चौर वड्डियां ते कीता जांदा, वड्याई दा प्रतीक है। चौर छोटियां ते नहीं कीता जांदा, वड्डियां ते कीता जांदा, ये वड्याई दा प्रतीक है। मैं उन्हां दी इन्नी वड्याई करदा हाँ। धन गुरु अर्जन देव महाराज कहिंदे ने हों भले हारे जाओ तिना के लैन जो तेरा नाव, लैन जो तेरा नाव तिना के हों सत भले हारे जाओ। मैं सदा ही भले हारे जावा। किते गुरु अर्जन देव महाराज ने राजिया महाराजिया नूं नहीं कहा भले हारे जा मैं उन्हां तों। किते शहूकारां नूं सेठां नूं मायाधारियां नूं नहीं कहा माई त मायाधारियां नूं तां इत्थों तक चोट मारी। मायाधारी अत अन्ना बोला, शब्द ना जाणै बहरोल कचोला। मायाधारी कदे सुणदा नहीं, क्यों? वह अन्ना है, उन्हों दिखदा कुछ नहीं, बोला है सुणदा नहीं। जिहड़े वड्डे वड्डे लोग ने वह ना किसे नूं देखदे हन। की देखदे ने? कोई सत श्री अकाल बुलावे, कोई राम राम बुलावे, ना उन्हों नूं सुणदा, ना छोटे वल देखदे ने। तदे गुरु साहिब इत्थे कहने मायाधारी अत अन्ना बोला। अन्ना भी है दिखदा नहीं कुछ, बोला भी है कन्ना तो सुणदा कुछ नहीं। उन्हें गरीब नूं देखिया नहीं, ना उहदी आवाज़ सुनी। पर गुरु अर्जन देव महाराज ने की कहा है भाई, की कहा है? केसा का कर चवर टुलामा, केसा का कर चवर टुलामा। ये केसा नूं अपने हत्थां दे नाल फड़ के उन्हां भगतां दी, उन्हां गुरमुखां दी मैं वड्याई करदा जिहड़े जपदे ने सतनाम श्री वाहे गुरु वाहे गुरु। कि किन्नी महिमा है उन्हां प्यारियां दी, किन्नी महिमा। हुण होर बेनती करा, बाबा वडभाग सिंह सोढी पातशाह दा जन्म दिहाड़ा मना रहे, इन्हां ने की कीता है? संगतां नूं नाम जपाया है। इह ना कि भई भूत कड्डे हैं। भाई रतन सिंह भंगू बहुत वड्डा इतिहास है, शहीद भाई रतन सिंह भंगू, उन्होंने पंथ प्रकाश लिखिया है, पंथ प्रकाश। तो जिहदा टीका श्रीमान संत बाबा संता सिंह जी निहंग सिंह 96 करोड़ी बुढ़ा दल ने किया है, छोटी गल नहीं किते। उस ग्रंथ का टीका किया है बुढ़ा दल मुखी श्रीमान संत बाबा संता सिंह जी ने, छोटी गल नहीं किते। उहदे विच 16-17 पन्ने पक्के, यानी कि कोई 30-32 पन्ने कच्चे बाबा वडभाग सिंह का इतिहास है। उहदे विच पढ़ो, ये जिहड़ियां बाहरलियां साखियां हन व्यापारी लोगों ने बनाईयां होईयां, डेरा साहब बिकदियां जां दुकानां ते बिकदियां, ये तो खामखा है। इन्हां दे विच तां भूत लीला है, पर भूत लीला कीती नहीं, भूत तां असी बन गए। तिन्हां मुख डरामणे जिन्हां बसारियो नौ, इत्थे दुख घनेरियां आगै ठौर न ठौ। इत्थे दुख लगदे ने बड़े। मैं फिर दोए हाथ जोड़ के बेनती करा, जदों तक बंदा पूरा दा पूरा किसी नूं पुण छाण ना कर लवे, देख ना लवे, उदों तक किसी बारे कुछ गल ना आखो, सिरे तक चलो। ये अखां भी देखियां धोखा खा जांदी ने, कन्नां दी सुनी तो बहुत दूर दी गल है। असीं कन्नां दे भी कच्चे हाँ, थोड़ा जिहा किसी ने सुना दिता ये ऐदां है, उत्थे तो भूत कढ़े जाते हैं, बस वो मगर लग जाते हैं। पर असलीयत जिहड़ा है उन्हों पढ़ के छड़ो कि वह डेरा साहब क्यों बनया, क्यों बनाया गया। वो पंथ प्रकाश ग्रंथ दे विच आप जी नूं मिल जाएगा सारा, सारे दा सारा। इसलिए
ये कौन सी? भाई रतन सिंह भंगू। ये भी मैं थोनू बेनती करा, मस्सा रंगड़ जिदा सिर वड्डिया सी जिन्हां ने, भाई सुखा सिंह अते भाई महताब सिंह। भाई महताब सिंह दे पोतरे ने भाई रतन सिंह भंगू। भाई महताब सिंह भंगू उन्हां दे पोतरे ने, पोता है भाई रतन सिंह भंगू जिन्हां ने इतिहास लिखिया। छोटी गल नहीं, पर असी इतिहासां नूं पढ़दे नहीं, पड़चोल नहीं करदे। बे कन्न दे नाल सुनी जां छोटी जी गल हुंदी है उहनूं बहुत विस्तार दे देना है, तो यह देखना है कि उहदी पूरी गल दा निरीक्षण करो, निचोड़ करो, फिर अगे बढ़न की कोशिश करो। अगर तुसी ये गल्लां नहीं समझदे फिर की होगा, फिर निंदिया कर दिओ ऐसे महापुरखां दी, ऐसे साधुओं की निंदा। फिर सतगुरु जी की कहते ने, साध का निंदक कैसे तरह, सर पर जानो नरक ही पर। वो साधु की निंदा करने वाला फिर नरकों का भागी होंदा है। नरकों तो बचने लई असी गुरु का आसरा लेंदे, ओट आसरा, ते उत्थों बचने लई किथे जुड़ना है? सतगुरु जी कहते ने, साधुओं की संगत भाग ठड़े, हर संत तुम्हारे, जिन कर तन हर नामा, परवान गणी से आए। इन्हां दा आउणा परवाने आया, होरां दा नहीं आउणा। सफल दिना के कम्मा, उन्हां दा हर कोई कर्म कीता, कम कीता, सफल आया। उन्होंने कोई कोठा बनाया, सफल आया। उन्होंने कोई लंगर लाया, सफल आया। किसे जीव का साफ दिता, सफल आया। कोई भी कम किया है उन्हों का सफल ही सफल है, क्योंकि आए इस काम लई सी। सफल तिना के काम, मेरे राम हर जन कै हो बल जाए, केसा का कर चवर टोलाम, चरण धूड़ मुख लाए। बल्ले बल्ले जी दान दे भगती लायन, हर स्यो लैन मिलाए। ये तो एहो जिहे महापुरश ने जिहड़े जीवां नूं नाम दे नाल जोड़ के, नाम दान बहुत वड्डी चीज़ है, हरी दे नाल मिलाप करा देंदे ने, परमात्मा दे नाल मिलाप करदे ने। जे तो आप जी दे विच ये सतसंग दा चौ है, रब मिलन दा चौ है, फिर सतसंग ना छड्डीए। हर टाइम सत्संग, कम तो करना है। सतगुर ने कम नहीं साडा रोकिया, किरत करो, नाम जपो, वंड के छको। ज्ञानी बाबा शेर सिंह जी बहुत वड्डे विद्वान ने, जिहड़े आप जी नूं कथा सुना के गए। आप जी ने सरवण कीती होगी, इन्हां दी टैलीविजन ते भी कथा। इन्हां दे शिष्य हन जिहड़े इन्हां दे कोलों विद्यार्थी सिखे है, दुख निवारण कथा करते ने, बहुत इन्हां दे सिखाए हुए हैं। इन्हां दे कोल जिहड़े संथिया लैके गए, बहुत वड्डे विद्वान की कह के गए है वी जे सारे ही साध बन जाते तो यह संसार ना चलता। दो चीज़ां ने, रोटी ना खाओ ये शरीर मर जाता है, खत्म हो जूगा, पर जे ग्रस्त ना हो बे फिर संसार मर जाएगा। तदे ग्रस्त नूं महान गिणिया। सतगुरु गुरु ग्रंथ साहिब महाराज भी कहिंदे ने, भाई ग्रह करे तो धर्म कर, नहीं तो कर बैराग। एक पासे लग बैरागी, बैरागी हो के बंधन कर, वे बंधना दे पैंदा चले दे गया पहाड़ विच, सोच पिछे बनोड़ मेरा कोई मकान ना दब लवे, जायदाद ना दब लवे, बैंक विचों पैसे ना कढ़ा लवे, वह फिर बंधना दे विच है। मेरे बच्चे रुल जाएंगे, बंधना दे विच है वह माड़े भाग। सो इसलिए सतगुरु ने कहा, एक तो तू गृहस्थी बन, गृहस्थ जीवन दे विच ही अमृत वेले उठ के नाम जप, शाम नूं जप, दिन नूं कम कर। तदे ये तीन चीज़ा जिहड़ियां गुरु घर दे विच बहुत महान हन, किरत करो, नाम जपो, वंड के छको।
किरत कम करना ये नहीं छड़ना, नाम जपना नितनेम करना, वंड के छकना दसवंध कढ़ना, ये जड़ियाँ तिन्ने चीज़ां जे साडे ते लागू हो जान फिर बंदा गुरु की गल मन गया ते पार हो गया, गुरु की गल मन के पार हो गया। ते इना विच्चों ही साडा ये मकसद है जिंदगी का कि ये रस्ते नूं आपां बरकरार रखिए। रस्ता केड़ा है? संत का मार्ग, धर्म की पौड़ी, को वडभागी पाए। ये साधु रस्ता है, संत का मार्ग, धर्म की पौड़ी, अमिली जड़ी मनुखतन धर्म की पौड़ी है, ये द्वारा ही आप धर्म के कर्म कर सकते हाँ। कोई सूर, कोई खोता, कोई गधा, कोई कुत्ता नहीं कर सकता, उदा शरीर धर्म का नहीं बन सकता। हाँ, किसी कुत्ते नूं कहो भी लैन दे जा रोटी पाउंदे तैनू जां बरता, कदे भी नहीं बंदा कर सकता। ये धर्म की पौड़ी मनुख तन नूं कहा है। मनुख तन दे नाल असी धर्म दे कर्म करके परमात्मा तक पहुँच सकते हाँ, परमात्मा तक। गुरु अर्जन दे महाराज तदे कहिंदे ने संत का मार्ग, आ मार्ग ना छड्डो बस। ਕਿਹੜਾ? ਸਤਸੰਗ ਦਾ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਹੋਣ, ਇਹ ਨਾ ਛੱਡੀਏ। ਧਰਮ ਕੀ ਪੌੜੀ ਆ ਮਨੁੱਖ ਤਨ ਦਾ ਕੰਮ ਹੈ। ਕੋ ਵਡ ਭਾਗੀ ਪਾਏ, ਕੋਟ ਜਨਮ ਕੇ ਕਿਲ ਵਿਖ ਨਾਸੇ। ਕਰੋੜਾਂ ਜਨਮਾਂ ਦੇ ਕਿਲ ਵਿਖ ਪਾਪ ਕਿਵੇਂ ਕੱਟ ਜਾਣਗੇ? ਹਰ ਚਰਨੀ ਚਿਤ ਲਾਏ। ਜੇ ਹਰੀ ਦੇ ਚਰਨਾਂ ਵਿੱਚ, ਵਾਹਿਗੁਰੂ ਦੇ ਚਰਨਾਂ ਵਿੱਚ ਚਿਤ ਲਾ ਕੇ ਸਤਸੰਗ ਸੁਣ ਲਓ, ਬਾਣੀ ਪੜ੍ਹ ਲਓ, ਬਾਣੀ ਸੁਣ ਲਓ, ਪਰ ਇਹਨੂੰ ਮਨ ਨੂੰ ਰੋਕਣਾ ਪੈਣਾ। ਸੁਖਮਨੀ ਸਾਹਿਬ ਪੜ੍ਹਦੇ ਹੋ ਨਾ? ਸੁਖਮਨੀ ਸਾਹਿਬ ਦੇ ਵਿੱਚ ਬੜੀਆਂ ਗੱਲਾਂ ਛੁਪੀਆਂ ਹੋਈਆਂ ਨੇ। ਸਤਿਗੁਰੂ ਜੀ ਕੀ ਕਹਿ ਰਹੇ ਨੇ ਸੁਖਮਨੀ ਸਾਹਿਬ ਦੇ ਵਿੱਚ? ਸੁਖਮਨੀ ਸੁੱਖ, ਇਹ ਸੁੱਖਾਂ ਦੀ ਮਣੀ ਹੈ। ਅਮਰਤ ਪ੍ਰਭ ਨਾਮ, ਇਹ ਅਮਰਤ ਨਾਮ ਹੈ, ਪਰ ਕਿੱਥੇ ਟਿਕਦਾ? ਭਗਤ ਜਨਾ ਕਹਿ ਮਨ ਵਿਸ਼ਰਾਮ। ਵਿਸ਼ਰਾਮ ਹੁੰਦਾ ਖੜ ਜਾਣਾ, ਜੇ ਪਿਆਰੇ ਉਹ ਮਨ ਖੜ ਜਾਏ। ਇਹ ਹੁਣ ਮਨ ਨੂੰ ਖੜਾਉਣ ਦੇ ਦੁਆਰਾ ਇਹ ਪ੍ਰਾਪਤੀ ਹੁੰਦੀ। ਮਨ ਨੂੰ ਖੜਾਉਣਾ ਕਿਵੇਂ ਹੈ? ਜੇ ਚੌਂਕੜਾ ਮਾਰ ਕੇ ਨਾ ਹੱਲੋਂਗੇ ਨਹੀਂ, ਅਤੇ ਵਾਹਿਗੁਰੂ ਦਾ ਸਿਮਰ ਕਰੋਗੇ ਘੰਟਾ ਕੁ ਸਵੇਰੇ, ਘੰਟਾ ਕੁ ਸ਼ਾਮ ਨੂੰ ਕਰਿਓ, ਤਾਂ ਥੋੜ੍ਹੀ ਜਿਹੀ ਕਿਰਪਾ। ਵਾਹਿਗੁਰੂ 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 ਸਰੀਰ ਹੈ, ਹੱਲਣ ਨਹੀਂ ਦੇਣਾ, ਬਸ ਸਮਾਧ ਬਣਾਉਣਾ ਇਹਨੂੰ, ਅਤੇ ਮੱਥੇ 'ਤੇ ਧਿਆਨ ਧਰਨਾ, ਟਕਾ ਕਰਨਾ ਮੱਥੇ 'ਤੇ ਸਾਰੀਆਂ ਜਿਹੜੀਆਂ ਸੋਚਾਂ ਬੰਦ ਕਰਕੇ ਨਾ। ਇਹ ਥੋੜ੍ਹਾ ਥੋੜ੍ਹਾ ਦੇਖੋ ਨਾ, ਕਦੇ 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 ਜੇ ਮਨ ਅੰਦਰੋਂ ਜਾਂਦਾ ਅਡਾਰੀ ਮਾਰਦਾ, ਇਹਨੂੰ ਲਿਆਓ ਪਿਆਰ ਦੇ ਨਾਲ। ਮਿੱਤਰ ਹੈ ਮਨ, ਇਹਨੂੰ ਬੈਰ ਵੀ ਮਤ ਸਮਝਣਾ, ਮਿੱਤਰ ਹੈ। ਇਹਦੇ ਨਾਲ ਵੀ ਅਸੀਂ ਖੋਏ ਨਾਲ ਅਸੀਂ ਪਾਉਣਾ ਹੈ। ਮਨ ਟੁੱਟ ਗਿਆ ਤੇ ਖੋ ਗਿਆ, ਮਨ ਜੁੜ ਗਿਆ ਤੇ ਪਾ ਲਿਆ। ਇਹ ਮਨ ਨੂੰ ਲਾਉਣਾ ਹੈ, ਇਹ ਮਨ ਨੂੰ ਥੋੜ੍ਹਾ ਥੋੜ੍ਹਾ ਲਾਉਂਦੇ 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 ਗੁਰੂ ਨੇ ਆਪੇ ਬਾਂਹ ਫੜ ਲੈਣੀ, ਫਿਰ ਆਪੇ ਬਾਂਹ ਫੜ ਲੈਣੀ, ਫਿਰ ਕੋਈ ਕਹਿਣ ਦੀ ਲੋੜ ਨਹੀਂ। ਸੋ ਆਪ ਜੀ ਕਿਰਪਾ ਕਰਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਨਾ। ਅੰਮ੍ਰਿਤ ਵੇਲੇ ਦਾ ਜਾਗਣਾ ਜਿਹੜਾ ਹੈ ਨਾ, ਉਹ ਤੋਂ ਵੱਧ ਕੋਈ ਚੀਜ਼ ਨਹੀਂ ਹੈ ਅੰਮ੍ਰਿਤ ਵੇਲੇ ਦਾ ਜਾਗਣਾ। 3-4 ਵਜੇ ਜਿਹੜਾ ਜਾਗਦੇ ਆ ਨਾ, ਉਹ ਬਹੁਤ ਹੀ ਅਮੀਰ ਬੰਦੇ ਨੇ, ਉਹਨਾਂ ਨੂੰ ਗਰੀਬ ਨਾ ਸਮਝਣਾ। ਅਮੀਰ ਤਾਂ ਸੌਂਦੇ ਹੀ ਰਹਿੰਦੇ, ਕੋਈ ਨਹੀਂ ਉੱਠ ਕੜਾਂਗੇ 9-10 ਵਜੇ, ਕੋਈ ਗੱਲ ਨਹੀਂ, ਨੌਕਰ ਚੱਕਰ ਹੈਗੇ। ਉਹ ਗਰੀਬਾਂ ਦੇ ਗਰੀਬ ਹੈ, ਗ੍ਰਹਿ ਸੋਏਨ, ਆਪ ਬਾਣੀ ਕੀ ਕਹਿੰਦੀ? ਗ੍ਰਹਿ ਸੋਏਨ, ਸੋਨੇ ਦੇ ਘਰ, ਚੰਦਨ ਸੁਗੰਧ, ਚੰਦਨ ਦੀਆਂ ਸੁਗੰਧੀਆਂ ਵਿੱਚ, ਹੈ ਨਾ,
ग्रह सोएन चंदन सुगंध लाए मोती हीरे। मोती हीरे ने जड़े होए ग्रह सोएन चंदन सुगंध लाए मोती हीरे। अगलियां तुकां मन इच्छे सुख माणदा। सारे मन दे सुख अमीरां कोल होण, अमीर बंदे कोल जिहदे कोल कोई कमी ना होवे। मन इच्छे सुख माणदा किछ नाहीं भी सूरे। कोई इहो जिहा सुख ही नहीं जिहड़ा ना होवे। पर सतगुरु जी कहिंदे सो प्रभ चित न आवई विष्टा के कीड़े। जे चित चेते नहीं ना परमात्मा वो वाहेगुरु नूं चित चेते नहीं कीता फिर गंदगी का कीड़ा है, विष्टा का कीड़ा है। देखो किड्डी माड़ी जून दे विच पैंदा वो बंदा। इसलिए गुरु प्यारियो वाहेगुरु शब्द का जाप करिया करो अमृत वेले। शाम नूं फिर किते भी जाण दी लोड़ नहीं तुहानूं किते भी, बाबियां कोल ना, पौधियां कोल ना, मियां कोल ना, काजियां कोल, किते भी जाण दी लोड़ नहीं। इको ही टिकाणा मल लो, इको ही टिकाणा। नानक नाम मिलै वडियाई एदू उपर करम नहीं। घर होंदे मंगण जाए फिर उलांबा सहे तही। जे नानक गुरु नानक साहब दे घर विच वडियाई मिलदी है इस तों वड्डा कोई करम है? जे आ घर नूं छड के फिर किसी दे होर घर जाओ मंगण वास्ते फिर उलांबा ही पैणा है, होर कुछ नहीं। उलांबा ना लईए, गुरु घर दे नाल जुड़े रहिए। सतगुर सच्चे पातशाह मेहर करन सो समा भी हो गया। कल परसों तो लैके जिहड़ियां संगतां सेवा करदियां बेअंत सिख संगतां ने मन दे नाल तन दे नाल धन दे नाल बेअंत सेवा कीती है। रस्तां बस्तां पाईआं, लंगर एवें नहीं चलदे। लंगर गुरु के अगर पिछले पासे जमाना हुंदा सी पिछले समें दे विच, मैं बे मैनूं पता है खुद असीं बोरियां चक्कियां हुंदियां सी, तुहानूं तां पता छोटे छोटे पिंड दे विच वड़ जाणा, कोई साध ने आउणा भी जग करवाउणा है। हर एक पिंड विच्चों इत्थों की गरीबां दे घरां तों भी मुठ्ठी मुठ्ठी आटा इकट्ठा करके लिआउणा गरीबां दे घरां तों। क्यों? कहिंदे सब दा हिस्सा पाया ही जग है, सब दा हिस्सा पाया। फिर इत्थों तक सुके अंबर मीह पैंदा हुंदा सी, मीह पैंदा। इह तां देखियां गल्लां ना जिहड़े बजुर्ग ने 60 सालां तों उपर, उहनूं पता है, उहनां नूं पता है। जग्गां हुंदियां सन, फिर तीन तीन जग्गां, तीन तीन दिन जग्गां चलणियां। हर एक घर दे विच कहिणा वी चुल्हा नहीं बालना, उत्थे ही जग खाणा है, उत्थे ही छकणा है, उत्थे सेवा करनी। करदे सन लोक, अज उह जवान जिहड़ा खत्म हुंदा जा रिहा है, खत्म। उह जवाने नूं बरकरार रखो। इह लंगर जिहड़े ना मुठ्ठी मुठ्ठी सभ दा पवे, करन वास्ते ते इको कर दूगा, पर उह चलदे नहीं हुंदे लंगर। वो एक दिन दो दिन चार दिन चलेंगे फिर डिसमिस। जिहड़े मुठ्ठी मुठ्ठी चून भून सब दा पवे ना, वो लंगर सदा बरकरार रहिंदे ने, उन्होंने बरकतां रहिंदियां ना। सो सब ने हिस्से पाए वध चढ़ के लंगर दे विच। ये महान कारज हुंदे हन, महान कारज। सो लंगरां दे विच जिन्हां माई भाई ने सेवा कीती बहुत धन्नवाद, जिन्हां ने भाई आ स्पीकर की सेवा की है सोहने सजाए, ये भी गुरमुख प्यारे आ के आपे लग जाते ने सजावट करन। ये सजावट गुरु घर की अगे थोड़ी होनी है सजावट, अगे थोड़े रस्ते ठीक होने हैं। जिहड़ा गुरु घर दे विच इन्ना प्यार भावना जताउंदा है ना, उहदी परमात्मा भी प्यार दे नाल लजांदा उस रूह नूं, उस रूह नूं। कई आए होंगे भी इतों अपना खिचीए तो वो देख लो ओदा फल अलग है। जैसा बीजै सो लोण है, करमा संदड़ा खेत। हर एक ने अपनी अपनी जिम्मेवारी जिहड़ी है वह संभाली है। सैकटरी साहब जी ने अपनी संभाली, ग्रंथी सिंह ने अपनी संभाली है, लांगरियां ने अपनी संभाली है, बरताउण वालिया ने, भांडे साफ करन वालिया ने,
ਛਕਾਉਣ ਵਾਲਿਆਂ ਨੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ, ਸਫਾਈਆਂ ਵਾਲਿਆਂ ਨੇ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ। ਸੋ ਡਾਕਟਰ ਸਾਹਿਬ ਆਏ, ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ, ਸਭ ਨੇ ਆਪਣੀਆਂ ਆਪਣੀਆਂ ਕਾਰ ਪਾਰਕ ਦੀ ਉਹ ਆਪਣੀ ਜ਼ਿੰਮੇਵਾਰੀ, ਜਿੱਥੇ ਜਿੱਥੇ ਵੀ ਕੋਈ ਸੇਵਾ ਕਰ ਰਿਹਾ ਸੀ ਉਹਨਾਂ ਸਭਨਾਂ ਦਾ ਧੰਨਵਾਦ, ਸਭਨਾਂ ਦੀ ਕੀਤੀ ਸੇਵਾ ਸਤਿਗੁਰੂ ਜੀ ਲੇਖੇ ਲਾਉਣ, ਕਿਰਪਾ ਕਰਨ। ਸੋ ਜਿਹੜੇ ਵੀ ਜਥੇ ਆਏ ਨੇ, ਰਾਗੀ ਢਾਡੀ ਸੰਤ ਮਹਾਂਪੁਰਸ਼ ਕਥਾਵਾਚਕ ਬੱਚੇ ਛੋਟੇ ਛੋਟੇ ਬੋਲ ਕੇ ਗਏ ਨੇ, ਸਭ ਦਾ ਧੰਨਵਾਦ। ਅਤੇ ਧੰਨਵਾਦ ਕਿਹਦਾ ਕਿਹਦਾ ਕਰਾਂ, ਸਭ ਦਾ ਹੀ ਕਰਦਾ ਤੈ ਦਿਲੋਂ ਧੰਨਵਾਦ। ਜੇ ਕੋਈ ਰਹਿ ਵੀ ਗਿਆ ਹੋਵੇ, ਕਿਉਂਕਿ ਨੌ ਤਾਂ ਕਿੰਨੇ ਕੁ ਕਰਾਂਗੇ, ਬਿਨ ਬੋਲਿਆਂ ਸਭ ਕਿਛ ਜਾਣਦਾ, ਕਿਸ ਆਗਿਆ ਕਿਚ ਅਰਦਾਸ। ਅਤੇ ਇਹਨਾਂ ਦੀ ਸੇਵਾ ਵੀ ਭਾਈ ਸਾਹਿਬ ਭਾਈ ਹਰਚੰਦ ਸਿੰਘ ਜੀ ਸੈਕਟਰੀ ਸਾਹਿਬ, ਡਾਕਟਰ ਸਾਹਿਬ, ਅਤੇ ਉੱਧਰ ਬੀਬੀ ਮਨਜੀਤ ਕੌਰ, ਬੀਬੀ ਹਰਜਿੰਦਰ ਕੌਰ ਬੜੀ ਸੇਵਾ ਕਰਦੇ ਨੇ, ਖੜ੍ਹੀ ਲੱਤ 'ਤੇ ਸੇਵਾ ਕਰਦੇ ਨੇ। ਸੋ ਧੰਨਵਾਦ ਇਹਨਾਂ ਦੇ ਰੋਗਤਾ ਦੇ ਦਾਨ ਬਖਸ਼ੀ ਬਾਬਾ ਜੀ, ਇਹ ਤੇਰੇ ਬੱਚੇ ਬੱਚੀਆਂ ਸਾਰੇ, ਇਹਨਾਂ 'ਤੇ ਸਾਰਿਆਂ 'ਤੇ ਆਪਣੀ ਕਿਰਪਾ ਦ੍ਰਿਸ਼ਟੀ ਬਣਾਏ ਰੱਖਿਓ, ਸਭ ਨੂੰ ਨਾਮ ਬਾਣੀ ਨਾਲ ਜੋੜਿਓ, ਸੇਵਾ ਸਿਮਨ ਨਾਲ ਜੋੜਿਓ, ਸਾਧ ਸੰਗਤ ਨਾਲ ਜੋੜਿਓ, ਇਹਨਾਂ ਦੇ ਘਰਾਂ ਵਿੱਚ ਬਰਕਤਾਂ ਪਾਇਓ, ਕੰਮ ਕਾਰਾਂ ਦੇ ਵਿੱਚ, ਜੰਤ ਦੇ ਵਿੱਚ, ਮਸ਼ੀਨਰੀਆਂ 'ਤੇ, ਖੇਤੀਆਂ ਬਾੜੀਆਂ ਕਾਰੋਬਾਰਾਂ 'ਤੇ ਆਪਣਾ ਮਿਹਰ ਪ੍ਰਿਆਤ ਰੱਖਿਓ, ਦੁੱਖਾਂ ਦਲਿੱਦਰਾਂ ਸੰਕਟਾਂ ਦਾ ਨਾਸ਼ ਕਰਿਓ ਮਹਾਰਾਜ, ਰਹਿਮ ਕਰਿਓ। ਅਰਦਾਸ ਬੇਨਤੀ ਹੈ, ਬਾਬਾ ਜੀ ਕਿਰਪਾ ਕਰਨਗੇ। ਸੋ ਸਭ ਦਾ ਹੀ ਧੰਨਵਾਦ, ਸਭ ਤੋਂ ਉਪਰੰਤ ਧੰਨ ਮਹਾਰਾਜ ਬਾਬਾ ਸ੍ਰੀ ਚੰਦ, ਧੰਨ ਬਾਬਾ ਵਡਭਾਗ ਸਿੰਘ ਸੋਢੀ ਪਾਤਸ਼ਾਹ ਆਵਿਦਾ ਕੋਟਾਨ ਕੋਟ ਧੰਨਵਾਦ, ਉਸ ਤੋਂ ਉਪਰੰਤ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਆਵਿਦਾ ਅੱਜ ਵਿਆਹ ਪੁਰਬ ਹੈ, ਆਪਦੇ ਬੱਚਿਆਂ ਦੇ ਸਿਰ 'ਤੇ ਮਿਹਰ ਪਤੇ ਰੱਖਣ, ਖੁਸ਼ੀਆਂ ਮਨਾ ਰਹੇ ਨੇ, ਆਪ ਖੁਸ਼ੀਆਂ ਨੇ ਝੋਲੀ ਪਾਉਣੀਆਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਵਿਦਾ ਕੋਟਾਨ ਕੋਟ ਕੋਟਾਨ ਕੋਟ ਕੋਟਾਨ ਕੋਟ ਧੰਨਵਾਦ। ਆਪ ਜੀ ਦੀ ਕਿਰਪਾ ਹੀ ਦੁਆਰਾ ਇਹ ਸਾਰਾ ਸਮਾਗ ਚੱਲ ਰਿਹਾ, ਆਪ ਜੀ ਨੇ ਕਿਰਪਾ ਕਰਨੀ ਇਹਨਾਂ ਸਿੱਖ ਸੰਗਤਾਂ 'ਤੇ। ਆਓ ਪੜ੍ਹੀਏ ਉਹੀ ਦੋ ਲਾਈਨਾਂ, ਮੇਰੇ ਰਾਮ ਹਰਜਨ ਕੇ ਹੋਂ ਬਲਜਾਈ, ਉਪਰੰਤ ਅਨੰਦ ਸਾਹਿਬ ਦਾ ਪਾਠ ਅਤੇ ਅਰਦਾਸ ਹੋਵੇਗੀ, ਭੁੱਲਾਂ ਚੁੱਕਾਂ ਦੀ ਮਾਫ਼ੀ। ਪਿਆਰ ਦੇਣਾ ਸਾਰੇ ਪਿਆਰ, ਮੇਰੇ ਰਾ ਹਰਜਨ ਕੇ ਹੋਂ ਬਲ ਜਾਈ, ਮੇਰੇ ਰਾ ਮੇਰੇ ਰਾ ਹਰਜਨ ਕੇ ਹੋਂ ਬਲ ਜਾਈ। ਚਰਨ ਧੂੜ ਮੁਖ ਲਾਈ, ਚਰਨ ਧੂੜ ਮੁਖ ਲਾਈ, ਚਰਨ ਧੂੜ ਮੁਖ ਲਾਈ, ਮੇਰੇ ਰਾ ਮੇਰੇ ਰਾ ਹਰਜਨ ਕੇ ਹਾਂ ਬਲ ਜਾ, ਬਲ
पाल जाए। अर्जुन के हाँ बल जाए, अर्जुन के हाँ बल जाए। राम कली महला तीजा, आनंद इको अंकार, सतगुर प्रसाद। भाई जथे नाल भाई सारे उच्ची बात, माइया भी उच्ची अपनी सब माइया पढ़ो नान सब बाणी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।